ਸਤਿ ਸ਼੍ਰੀ ਅਕਾਲ ਜੀ ਸਭ ਨੂੰ, ਸਾਡੇ ਚੈਨਲ 'ਤੇ ਤੁਹਾਡਾ ਸਭ ਦਾ ਸਵਾਗਤ ਹੈ ਜੀ। ਅਤੇ ਅੱਜ ਆਪਾਂ ਹਿੰਦੁਸਤਾਨ ਟਰੈਕਟਰ ਦੀ ਮੇਕਿੰਗ ਵੀਡੀਓ ਪਾਰਟ 2 ਲੈ ਕੇ ਆਏ ਹਾਂ। ਅਤੇ ਅੱਜ ਆਪਾਂ ਪਾਰਟ 2 ਦੇ ਵਿੱਚ ਟਰੈਕਟਰ ਲਈ ਟਾਇਰ ਬਣਾਵਾਂਗੇ। ਟਾਇਰ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਆਪਾਂ ਰੈਮ ਤਿਆਰ ਕਰਾਂਗੇ, ਅਤੇ ਆਪਾਂ ਰੈਮ PVC ਪਾਈਪ ਦੇ ਤਿਆਰ ਕਰਾਂਗੇ। ਅਤੇ ਇਹ PVC ਪਾਈਪ ਤੁਸੀਂ ਆਪਣੇ ਸਾਈਜ਼ ਦੇ ਅਕੋਰਡਿੰਗ ਜਿੰਨੀ ਕੁ ਤੁਸੀਂ ਟਾਇਰਾਂ ਦੀ ਚੌੜਾਈ ਰੱਖਣੀ ਆ ਕੱਟ ਲਗਾ ਲੈਣਾ, ਅਤੇ ਇਸ ਤੋਂ ਬਾਅਦ ਕੱਟ ਕਰ ਲੈਣੀ ਹੈ ਜੀ। ਹਾਂਜੀ, ਹੁਣ ਆਪਾਂ ਆਪਣੀ PVC ਪਾਈਪ ਕੱਟ ਕਰ ਲਈ ਹੈ ਜੀ। ਅਤੇ ਇਸ ਤੋਂ ਬਾਅਦ ਤੁਸੀਂ ਥੋੜ੍ਹਾ ਜਿਹਾ ਇਹਨੂੰ ਗਰਮ ਕਰਕੇ ਇਸਦੇ ਕਿਨਾਰੇ ਮੋੜ ਦੇਣੇ ਆ ਜੀ, ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ। ਅਤੇ ਤਾਂ ਕਿ ਆਪਣੀ ਰਿਮਾਂ ਦੀ ਸ਼ੇਪ ਆ ਜਾਵੇ। ਅਤੇ ਹੁਣ ਆਪਾਂ ਰਿਮ ਦੇ ਉਤਲਾ ਟਾਇਰ ਤਿਆਰ ਕਰਾਂਗੇ। ਟਾਇਰ ਤਿਆਰ ਕਰਨ ਲਈ ਤੁਸੀਂ ਚੱਪਲ ਦਾ ਪੀਸ ਲੈਣਾ, ਇੱਕ ਪੁਰਾਣੀ ਚੱਪਲ ਦਾ ਜੀ, ਇਸ ਤਰ੍ਹਾਂ ਲੰਮੀ ਸਟ੍ਰਿਪ ਕੱਟ ਕਰ ਲੈਣੀ ਹੈ ਜੀ। ਅਤੇ ਇਸ ਨੂੰ ਆਪਾਂ ਹੁਣ ਆਪਣੇ ਰਿਮ 'ਤੇ ਫਿੱਟ ਕਰਕੇ ਦੇਖਾਂਗੇ। ਹਾਂਜੀ, ਇਸ ਪੀਸ ਨੂੰ ਆਪਾਂ ਰਿਮ ਦੇ ਉੱਪਰ ਇਸ ਤਰ੍ਹਾਂ ਲਗਾ ਲੈਣਾ ਜੀ। ਇਸ ਨੂੰ ਆਪਾਂ ਫੈਵੀਕਵਿਕ ਦੀ ਸਹਾਇਤਾ ਨਾਲ ਲਾਵਾਂਗੇ, ਪੂਰਾ ਟਾਈਟ ਲਗਾਉਣਾ ਹੈ ਜੀ। ਹੁਣ ਆਪਾਂ ਇਹਨੂੰ ਲਗਾ ਲੈਂਦੇ ਹਾਂ। ਹਾਂਜੀ, ਹੁਣ ਆਪਾਂ ਜਿਹੜਾ ਸਟ੍ਰਿਪ ਸੀ ਆਪਾਂ ਇਹਨੂੰ ਰਿਮ 'ਤੇ ਚੜਾ ਲਿਆ ਪੂਰੀ ਚੰਗੀ ਤਰ੍ਹਾਂ। ਅਤੇ ਇਸ ਤੋਂ ਬਾਅਦ ਆਪਾਂ ਇੱਥੋਂ ਇਹਨੂੰ ਕਿਨਾਰਿਆਂ ਨੂੰ ਗੋਲ ਕਰਾਂਗੇ, ਅਤੇ ਆਪਾਂ ਰੇਕ ਮਾਰਨਾ ਇਹਨੂੰ ਸਾਰੇ ਕਿਨਾਰੇ ਘਸਾ ਲਾਂਗੇ। ਹਾਂਜੀ, ਹੁਣ ਆਪਾਂ ਰੇਕ ਮਾਰਨਾ ਘਸਾ ਲਿਆ ਇਹਨੂੰ, ਅਤੇ ਇਸ ਪੂਰੀ ਤਰ੍ਹਾਂ ਸਮੂਥ ਹੋ ਚੁੱਕਾ ਜੀ। ਅਤੇ ਇਸ ਤੋਂ ਬਾਅਦ ਉੱਤੇ ਆਪਾਂ ਇਹਨੇ ਗੁੱਡੀਆਂ ਲਾਵਾਂਗੇ, ਗੁੱਡੀਆਂ ਆਪਾਂ ਉੱਤੇ ਰਬੜ ਦੀਆਂ ਲਾਵਾਂਗੇ। ਹਾਂਜੀ, ਗੁੱਡੀਆਂ ਲਾਉਣ ਲਈ ਆਪਾਂ ਇਸ ਤਰ੍ਹਾਂ ਦੀ ਕੋਈ ਟਿਊਬ ਕੱਟ ਕਰ ਲੈਣੀ ਆ, ਅਤੇ ਇਸ ਤਰ੍ਹਾਂ ਦੇ ਪੀਸ ਕੱਟ ਕਰ ਲੈਣੇ ਆ। ਅਤੇ ਬਸ ਇਹਨਾਂ ਨੂੰ ਆਪਾਂ ਉੱਤੇ ਫੈਵੀਕਵਿਕਾਂ 'ਚ ਚੁਕਾਵਾਂਗੇ ਉੱਤੇ, ਅਤੇ ਇਹਨੂੰ ਚਿਪਕਾਉਣਾ ਸ਼ੁਰੂ ਕਰਦੇ ਹਾਂ ਹੁਣ ਆਪਾਂ। ਇਸ ਤਰ੍ਹਾਂ ਕਰਕੇ ਆਪਾਂ ਸਾਰੀਆਂ ਗੁੱਡੀਆਂ ਲਾ ਲਾਂਗੇ। ਹਾਂਜੀ, ਤੁਸੀਂ ਦੇਖ ਸਕਦੇ ਹੋ ਗੁੱਡੀਆਂ ਲੱਗ ਚੁੱਕੀਆਂ ਨੇ। ਅਤੇ ਇਸ ਤੋਂ ਬਾਅਦ ਆਪਾਂ ਇਹਦਾ ਅੰਦਰਲਾ ਖਾਂਚਾ ਬਣਾਵਾਂਗੇ, ਅਤੇ ਉਹ ਬਣਾਉਣ ਲਈ ਤੁਸੀਂ ਇੱਕ PVC ਪਾਈਪ ਯੂਜ਼ ਕਰੋਗੇ। ਇਸ ਤਰ੍ਹਾਂ ਦੀ ਇੱਕ PVC ਪਾਈਪ ਲੈ ਲੈਣੀ ਹੈ ਜੀ। ਅਤੇ ਇਸ ਤੋਂ ਬਾਅਦ ਉੱਥੇ ਆਪਾਂ ਇਹਦੇ ਸਰਕਲ ਡਰਾ ਕਰਾਂਗੇ, ਜਿੰਨਾ ਆਪਣੇ ਰੇਡੀਅਸ ਆਪਣੇ ਟਾਇਰ ਦਾ ਹੋਇਆ ਉਨਾ ਸਰਕਲ ਡਰਾ ਕਰਾਂਗੇ। ਹਾਂਜੀ, ਤੁਸੀਂ ਦੇਖ ਸਕਦੇ ਹੋ ਆਪਾਂ ਇਸ ਨੂੰ ਇੱਕ ਰੈਮ ਦੀ ਸ਼ੇਪ ਦੇ ਲਈ ਆ। ਅਤੇ ਇਸ ਤੋਂ ਬਾਅਦ ਇਸ ਨੂੰ ਚੁੰਡਾਂ ਨੂੰ ਥੋੜ੍ਹਾ ਥੋੜ੍ਹਾ ਮੋੜ ਕੇ, ਅਤੇ ਇਸ ਤੋਂ ਬਾਅਦ ਇਹਨੂੰ ਆਪਾਂ ਟਾਇਰ ਦੇ ਵਿੱਚ ਫਿੱਟ ਕਰਾਂਗੇ। ਹਾਂਜੀ, ਹੁਣ ਆਪਾਂ ਇਸ ਪਾਰਟ ਨੂੰ ਆਪਣੇ ਟਾਇਰ ਵਿੱਚ ਫਿੱਟ ਕਰ ਲਿਆ ਜੀ। ਅਤੇ ਇਸ ਦੇ ਬਾਅਦ ਇੱਕ ਪੈਨ ਦਾ ਕੈਪ ਲੈ ਕੇ ਇਹਦੀ ਸ਼ਾਫਟ ਬਣਾਤੀ ਆ, ਅਤੇ ਇਹ ਹੁਣ ਆਪਣੇ ਜੇ ਟਰੈਕਟਰ ਦੀ ਸ਼ਾਫਟ ਉੱਤੇ ਬਿਲਕੁਲ ਸਹੀ ਚੜ੍ਹਦਾ, ਅਤੇ ਇੱਥੇ ਇੱਕ ਆਪਾਂ ਪੈਨ ਪਾ ਦਾਂਗੇ। ਹਾਂਜੀ, ਤੁਸੀਂ ਦੇਖ ਸਕਦੇ ਹੋ ਹੁਣ ਇਸ ਨੂੰ ਆਪਾਂ ਰੰਗ ਕਰ ਲਿਆ ਜੀ। ਅਤੇ ਇਸ ਤਰ੍ਹਾਂ ਆਪਾਂ ਇੱਕ ਹੋਰ ਟਾਇਰ ਤਿਆਰ ਕੀਤਾ ਹੈਗਾ ਇਸ ਨਾਲ ਦਾ, ਅਤੇ ਆਪਾਂ ਆਉਣ ਵਾਲੀਆਂ ਵੀਡੀਓਸ 'ਚ ਫਰੰਟ ਐਕਸਲ ਤਿਆਰ ਕਰਾਂਗੇ। ਅਤੇ ਅਸਲੀ ਚੈਨਲ ਸਬਸਕ੍ਰਾਈਬ ਕਰਕੇ ਰੱਖੋ ਜੀ, ਅਤੇ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ।